ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਇਸ ਵੀਡੀਓ ਵਿੱਚ ਤੁਹਾਡੇ ਲਈ ਪੇਂਟਿੰਗ ਵਿੱਚ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਅਤੇ ਬਣਾਇਆ ਜਾਣ ਵਾਲਾ ਡਿਜ਼ਾਈਨ ਲੈ ਕੇ ਆਏ ਹਾਂ। ਅੱਜ ਦਾ ਡਿਜ਼ਾਈਨ ਆਪਾਂ ਸੈਮੀ ਕਰੇਪ ਸਿਲਕ 'ਤੇ ਬਣਾ ਰਹੇ ਹਾਂ। ਫੈਬਰਿਕ ਦਾ ਬੇਸ ਕਲਰ ਬ੍ਰਾਈਟ ਯੈਲੋ ਹੈ, ਕਿਉਂਕਿ ਇਹ ਫੈਬਰਿਕ ਸਿਲਕ ਵਿੱਚ ਹੈ, ਤਾਂ ਮੈਂ ਇਸ ਨੂੰ ਥੋੜ੍ਹਾ ਜਿਹਾ ਫੈਸਟਿਵ ਟੱਚ ਦੇਣ ਦਾ ਸੋਚਿਆ, ਤਾਂ ਕਿ ਜੋ ਮੇਰੇ ਕਲਾਇੰਟ ਨੇ ਉਹ ਇਸ ਸੂਟ ਨੂੰ ਕਿਸੇ ਵੀ ਹਲਕੀ ਫੁਲਕੀ ਫੰਕਸ਼ਨ ਗੈਦਰਿੰਗ ਦੇ ਵਿੱਚ ਕੈਰੀ ਕਰ ਸਕਣ। ਰੋਜ਼ਿਸ ਦਾ ਬੰਚ ਇਸ ਵਿੱਚ ਬਣੇਗਾ। ਵੈਸੇ ਤਾਂ ਜੋ ਰੋਜ਼ ਫਲਾਰ ਹੈ, ਇਹ ਪੇਂਟਿੰਗ ਦੇ ਵਿੱਚ ਬਹੁਤ ਅਲੱਗ ਅਲੱਗ ਪ੍ਰੋਸੈਸ ਨਾਲ ਬਣਾਏ ਜਾਂਦਾ, ਅਤੇ ਮੈਂ ਆਪਣੇ ਵੀਡੀਓਜ਼ ਦੇ ਰਾਹੀਂ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਰੋਜ਼ ਫਲਾਰ ਬਣਾਉਣੇ ਵੀ ਸਿਖਾਏ ਨੇ। ਬਿਗਨਰਸ ਦੇ ਲਈ ਬਹੁਤ ਹੀ ਈਜ਼ੀ ਵੇ ਨਾਲ ਵੀ ਬਣਾਉਣੇ ਸਿਖਾਏ ਨੇ। ਆਪਣੇ ਇਸ ਚੈਨਲ ਵਿੱਚ ਮੈਂ ਹਰੇਕ ਐਂਗਲ ਤੋਂ ਈਜ਼ੀ ਅਤੇ ਡਿਫੀਕਲਟ ਤੋਂ ਡਿਫੀਕਲਟ ਡਿਜ਼ਾਈਨ ਵੀ ਬਣਾ ਕੇ ਦਿਖਾਏ ਨੇ ਰੋਜ਼ ਦੇ, ਕਿਉਂਕਿ ਰੋਜ਼ ਫਲਾਰ ਦਾ ਜੋ ਐਡੀਸ਼ਨ ਹੈ ਇਹ ਐਵਰਗ੍ਰੀਨ ਰਹਿੰਦਾ। ਇਹ ਵਾਲਾ ਮੋਟਿਵ ਕਦੇ ਕਿਸੇ ਵੀ ਟ੍ਰੈਂਡ ਦਾ ਮੁਹਤਾਜ ਨਹੀਂ ਹੁੰਦਾ, ਇਹ ਹਮੇਸ਼ਾ ਪਸੰਦ ਕੀਤਾ ਜਾਣ ਵਾਲਾ ਡਿਜ਼ਾਈਨ ਹੁੰਦਾ। ਕਲਰਸ ਦੀ ਜੇ ਗੱਲ ਕਰੀਏ ਤਾਂ ਆਪਾਂ ਇਸ ਦੇ ਵਿੱਚ ਵਾਈਟ, ਰੈੱਡ, ਬਲੈਕ ਨੂੰ ਯੂਜ਼ ਕੀਤਾ। ਬਲੈਕ ਆਪਾਂ ਹਲਕਾ ਜਿਹਾ ਮੈਰੂਨ ਕਲਰ ਬਣਾਉਣ ਲਈ ਯੂਜ਼ ਕਰਾਂਗੇ, ਜੋ ਕਿ ਤੁਸੀਂ ਇਸ ਪੈਟਰਨ ਵਿੱਚ ਦੇਖੋਗੇ। ਰੈੱਡ ਕਲਰ ਤੋਂ ਥੋੜ੍ਹਾ ਡਾਰਕਰ ਟੋਨ ਜਿੱਥੇ ਦੇਣੀ ਹੋਊਗੀ, ਉਸ ਲਈ ਬਲੈਕ ਬਿਲਕੁਲ ਨੈਗਲੈਕਟਿੰਗ ਜਿਹਾ ਹੀ ਯੂਜ਼ ਕਰਾਂਗੇ। ਸਟੈਪ ਬਾਏ ਸਟੈਪ ਆਪਾਂ ਫਲਾਰ ਦੀ ਪੈਟਲਸ ਕੰਪਲੀਟ ਕਰਾਂਗੇ। ਰੋਜ਼ ਪੇਂਟਿੰਗ ਜਦੋਂ ਆਪਾਂ ਕਰਦੇ ਹਾਂ, ਜਦੋਂ ਕੋਈ ਰੋਜ਼ ਵਾਲਾ ਮੋਟਿਵ ਬਣਾ ਰਹੇ ਹੁੰਦੇ ਹਾਂ, ਤਾਂ ਸਾਨੂੰ ਰੋਜ਼ ਦੀ ਸ਼ੇਪ, ਸਟਰਕਚਰ, ਅਪੀਅਰੈਂਸ, ਉਹਦੀ ਡਾਇਰੈਕਸ਼ਨ ਹਮੇਸ਼ਾ ਧਿਆਨ ਰੱਖਣੀ ਪਏਗੀ, ਤਾਂ ਹੀ ਸਾਡਾ ਜੋ ਮੋਟਿਵ ਹੈ ਉਹ ਅਪੀਲਿੰਗ ਨਜ਼ਰ ਆਵੇਗਾ। ਬ੍ਰਸ਼ਿਸ ਦੀ ਜੇ ਮੈਂ ਗੱਲ ਕਰਾਂ ਤਾਂ ਬ੍ਰਸ਼ਿਸ ਮੈਂ ਕੋਈ ਇੱਕ ਨਹੀਂ ਫੋਲੋ ਕਰਦੀ ਕਦੇ ਵੀ, ਜੋ ਮੇਰੇ ਪੈਟਰਨ ਦੇ ਅਕੋਰਡਿੰਗ, ਮੇਰੇ ਪੈਟਰਨ ਦੇ ਵਿੱਚ ਕਿੰਨਾ ਡਿਫਰੈਂਸ ਹੈ, ਕਿੰਨਾ ਉਹਦੇ ਵਿੱਚ ਗੈਪ ਹੈ, ਮੈਂ ਉਸ ਦੇ ਅਕੋਰਡਿੰਗ ਜੋ ਮੈਨੂੰ ਕਨਵੀਨੀਅੰਟ ਲੱਗਦਾ ਮੈਂ ਉਸ ਦੇ ਅਕੋਰਡਿੰਗ ਹੀ ਯੂਜ਼ ਕਰਦੀ ਹੁੰਦੀ ਹਾਂ। ਜਿਵੇਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਹੋਣਾ, ਮੈਂ ਕਾਫੀ ਸਾਰੇ ਬ੍ਰਸ਼ਿਸ ਯੂਜ਼ ਕੀਤੇ ਨੇ ਇਸ ਦੇ ਵਿੱਚ, ਜਿਸ ਦੇ ਵਿੱਚ ਮੈਂ ਕੰਫਰਟੇਬਲ ਫੀਲ ਕੀਤਾ ਉਹੀ ਫਿਰ ਮੈਂ ਉਸ ਦੇ ਨਾਲ ਹੀ ਅੱਗੇ ਕੰਟੀਨਿਊ ਕੀਤਾ ਆ। ਹਰੇਕ ਪੈਟਰਨ ਦੇ ਵਿੱਚ ਆਪਾਂ ਇੱਕ ਹੀ ਸੇਮ ਬ੍ਰਸ਼ ਨਹੀਂ ਯੂਜ਼ ਕਰ ਸਕਦੇ, ਇਹ ਡਿਪੈਂਡ ਕਰਦਾ ਕਿ ਤੁਹਾਡਾ ਮੋਟਿਵ ਕਿਵੇਂ ਦਾ ਆ। ਬਹੁਤ ਜ਼ਿਆਦਾ ਡਿਟੇਲਿੰਗ ਦੇ ਅਕੋਰਡਿੰਗ ਆਪਾਂ ਉਸਨੂੰ ਫਲੈਟ ਨਹੀਂ ਯੂਜ਼ ਕਰ ਸਕਦੇ, ਜੇ ਬਹੁਤ ਜ਼ਿਆਦਾ ਡਿਟੇਲਡ ਵਰਕ ਹੁੰਦਾ ਤਾਂ ਅਕੋਰਡਿੰਗ ਟੂ ਯੋਰ ਪੈਟਰਨ ਵੀ ਕੈਨ ਚੂਜ਼ ਆਰ ਬ੍ਰਸ਼। ਜਿਵੇਂ ਕਿ ਤੁਸੀਂ ਦੇਖਿਆ ਹੋਏਗਾ ਕਿ ਐਜ਼ ਯੂਜ਼ੁਅਲ ਨੋ ਡਿਟੇਲਡ ਮਾਰਕਿੰਗ ਇਜ਼ ਹੇਅਰ, ਆਲਦੋ ਆਈ ਹੈਵ ਕ੍ਰੀਏਟਿਡ ਓਨਲੀ ਡਾਈਮੈਂਸ਼ਨਸ ਆਫ ਮਾਈ ਮੋਟਿਵ। ਐਜ਼ ਯੂ ਕੈਨ ਸੀ ਦਾ ਓਨਲੀ ਸਰਕਲ ਆਈ ਹੈਵ ਡਰੋਨ ਓਨ ਇਟ। ਸਟੈਪ ਬਾਏ ਸਟੈਪ ਮੈਂ ਆਪਣਾ ਸਾਰਾ ਦਾ ਸਾਰਾ ਫਲਾਰ ਇਸ ਤਰ੍ਹਾਂ ਕੰਪਲੀਟ ਕੀਤਾ ਆ।
ਬਹੁਤ ਸਾਰੀ ਤਰ੍ਹਾਂ ਦੇ ਆਪਾਂ ਫਲਾਵਰਸ ਦੇਖਦੇ ਨੇ, ਉਹਨਾਂ ਦਾ ਪ੍ਰੋਸੈਸ ਵੀ ਅਲੱਗ ਅਲੱਗ ਹੁੰਦਾ ਹੈ, ਜਿਹੜੇ ਮੈਂ ਆਪਣੀ ਵੀਡੀਓਜ਼ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਜੇ ਤੁਸੀਂ ਮੇਰੀ ਪ੍ਰੀਵੀਅਸ ਵੀਡੀਓਜ਼ ਦੇਖੋਗੇ, ਬੰਚਿਸ ਨੂੰ ਮੈਂ ਅਲੱਗ ਤਰੀਕੇ ਨਾਲ ਬਣਾਇਆ ਹੋਇਆ ਆ, ਔਰ ਜੇ ਆਪਾਂ ਸੀਕੁਐਂਸ ਵਿੱਚ ਦੇਖੀਏ ਤਾਂ ਉਹ ਅਲੱਗ ਤਰੀਕੇ ਵਿੱਚ ਬਣੇ ਹੋਏ ਨੇ। ਸ਼ਿਮਰ ਫੈਬਰਿਕ 'ਤੇ ਅਲੱਗ ਵੇ ਨਾਲ ਅਸੀਂ ਬਣਾਉਂਦੇ ਹਾਂ ਫਲਾਰ ਨੂੰ, ਕਿਉਂਕਿ ਫੈਬਰਿਕ ਦੀ ਟੈਂਡੈਂਸੀ 'ਤੇ ਡਿਪੈਂਡ ਕਰਦਾ ਕਿ ਸਾਡੇ ਫਲਾਰ ਦਾ ਪ੍ਰੋਸੈਸ ਕਿਵੇਂ ਰਹੇਗਾ, ਕਿਹੜੀ ਆਪਾਂ ਟੈਕਨੀਕ ਯੂਜ਼ ਕਰਨੀ ਆ ਉਸ ਨੂੰ ਬਣਾਉਣ ਦੇ ਲਈ। ਫਲਾਰ ਦੇ ਵਿੱਚ ਜੋ ਰੋਜ਼ ਫਲਾਰ ਹੁੰਦਾ ਉਸ ਦੇ ਵਿੱਚ ਬਲੈਂਡਿੰਗ ਜੋ ਹੁੰਦੀ ਹੈ ਉਹ ਕਾਫੀ ਇੰਪੋਰਟੈਂਟ ਕਰੂਸ਼ੀਅਲ ਰੋਲ ਪਲੇ ਕਰਦੀ ਹੈ। ਬਲੈਂਡਿੰਗ ਨੂੰ ਕਰਦੇ ਹਾਂ ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਬਲੈਂਡ ਕਰਨ ਤੋਂ ਪਹਿਲਾਂ ਪਹਿਲਾਂ ਡਰਾਈ ਹੋਣ ਤੋਂ ਪਹਿਲਾਂ ਆਪਾਂ ਉਸਨੂੰ ਬਲੈਂਡ ਕਰ ਲੈਣਾ ਆਪਣਾ ਜੋ ਕਲਰ ਹੈ, ਨਹੀਂ ਤਾਂ ਪੈਚਿਸ ਨਜ਼ਰ ਆਉਣਗੇ ਤੁਹਾਡੇ ਫਲਾਰ ਦੇ ਵਿੱਚ। ਜੋ ਤੁਹਾਡਾ ਮੋਟਿਫ ਹੈ ਉਹ ਬਿਲਕੁਲ ਸਪੋਇਲ ਲੱਗੇਗਾ, ਕਿਉਂਕਿ ਉਹ ਇੱਕ ਪੈਚਿਸ ਵਾਲੀ ਅਪੀਅਰੈਂਸ ਦਏਗਾ ਬਲੈਂਡਿੰਗ ਦੇ ਵਿੱਚ। ਜਦੋਂ ਤੁਸੀਂ ਕਲੀਅਰਲੀ ਬਿਲਕੁਲ ਨੀਟਲੀ ਬਲੈਂਡਿੰਗ ਕਰਦੇ ਹੋ ਤਾਂ ਡਿਫਰੈਂਸ ਤੁਸੀਂ ਆਪਣੇ ਆਪ ਹੀ ਦੇਖਦੇ ਹੋ। ਔਰ ਜਦੋਂ ਬਲੈਂਡਿੰਗ ਕਰਨੀ ਹੈ ਤਾਂ ਐਕਸੈਸ ਜੋ ਵੀ ਤੁਹਾਡਾ ਬ੍ਰਸ਼ 'ਤੇ ਕਲਰ ਹੋਏਗਾ ਉਸਨੂੰ ਵਾਈਪ ਕਰਦੇ ਰਹਿਣਾ, ਨਾਲ ਦੀ ਨਾਲ ਵਾਈਪ ਕਰਦੇ ਰਹਿਣਾ, ਜਿਵੇਂ ਕਿ ਤੁਸੀਂ ਮੇਰੀ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ। ਐਕਸੈਸ ਕਲਰ ਨੂੰ ਰਿਮੂਵ ਕਰ ਦੇਣਾ ਬਲੈਂਡਿੰਗ ਕਰਦਿਆਂ, ਬ੍ਰਸ਼ ਨੂੰ ਬਿਲਕੁਲ ਨੀਟ ਰੱਖਣਾ, ਕਿਉਂਕਿ ਇਸ ਦੇ ਵਿੱਚ ਲਾਈਟਰ ਡਾਰਕਰ ਕਿੱਥੇ ਲਾਈਟ ਟੋਨ ਦੇਣੀ ਹੈ ਕਿੱਥੇ ਡਾਰਕ ਟੋਨ ਦੇਣੀ ਹੈ ਇਹ ਸਾਰਾ ਕੁਝ ਮੈਟਰ ਕਰਦਾ। ਔਰ ਇਹੀ ਚੀਜ਼ ਤੁਹਾਡੀ ਪੈਟਲਸ ਨੂੰ ਅਪੀਲਿੰਗ ਬਣਾਉਂਦੀ ਹੈ, ਡਿਫਰੈਂਟ ਰੱਖਦੀ ਹੈ ਇੱਕ ਦੂਜੀ ਪੈਟਲ ਤੋਂ। ਸਾਨੂੰ ਸਮਝ ਆਉਂਦਾ ਕਿ ਫਲਾਰ ਦੀ ਡਾਇਰੈਕਸ਼ਨ ਕਿਸ ਸਾਈਡ ਦੀ ਹੈ, ਕਿਸ ਸਾਈਡ ਨੂੰ ਸਾਡਾ ਫਲਾਰ ਬਲੂਮ ਕਰ ਰਿਹਾ। ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਮੈਂ ਬਿਲਕੁਲ ਨੈਗਲੈਕਟਿੰਗ ਜਿਹਾ ਹੀ ਯੂਜ਼ ਕੀਤਾ, ਉਸਨੂੰ ਸਿਰਫ ਮਰੂਨ ਜਿਹਾ ਟੱਚ ਦੇਣ ਲਈ, ਔਰ ਨਾਲ ਦੇ ਨਾਲ ਉਸਨੂੰ ਆਪਾਂ ਬਲੈਂਡ ਕਰ ਲਿਆ। ਅਗੇਨ ਬ੍ਰਸ਼ ਨੂੰ ਵਾਈਪ ਕਰਦੇ ਹਾਂ ਆਪਾਂ ਬਲੈਂਡ ਕਰਨਾ ਆਪਣੇ ਕਲਰ ਨੂੰ। ਮੇਕ ਸ਼ੋਰ ਕਰਨਾ ਕਿ ਤੁਹਾਡਾ ਜੋ ਜਿੱਥੇ ਤੁਸੀਂ ਕਰ ਰਹੇ ਹੋ ਪੇਂਟਿੰਗ ਕਰ ਰਹੇ ਹੋ ਬਹਿ ਕੇ, ਉੱਥੇ ਇੱਦਾਂ ਦਾ ਕੋਈ ਵੀ ਸੋਰਸ ਨਾ ਹੋਵੇ ਜੋ ਤੁਹਾਡੇ ਕਲਰ ਨੂੰ ਇੱਕਦਮ ਤੋਂ ਡਰਾਈ ਕਰ ਰਿਹਾ ਹੋਵੇ। ਕਲਰ ਤੁਹਾਡਾ ਹਾਈਡਰੇਟਿਡ ਰਹਿਣਾ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਬਲੈਂਡਿੰਗ ਕਰ ਰਹੇ ਹੋ। ਬਲੈਂਡਿੰਗ ਤੋਂ ਪਹਿਲਾਂ ਪਹਿਲਾਂ ਇਸ ਤਰ੍ਹਾਂ ਆਪਾਂ ਫਿਰ ਇਸਨੂੰ ਹਲਕਾ ਹਲਕਾ ਹਾਈਲਾਈਟ ਕਰਨ ਦੇ ਲਈ, ਥੋੜ੍ਹਾ ਹੋਰ ਅਪੀਲਿੰਗ ਦਿਖਾਉਣ ਦੇ ਲਈ ਪੈਟਲਸ ਨੂੰ ਹੋਰ ਡਿਫਰੈਂਸ਼ੀਏਟ ਕਰਾਂਗੇ ਵਾਈਟ ਕਲਰ ਦੇ ਨਾਲ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤੋਂ ਅਤੇ ਹੁਣ ਕਿੰਨਾ ਡਿਫਰੈਂਸ ਨਜ਼ਰ ਆ ਰਿਹਾ ਫਲਾਰ ਦੇ ਵਿੱਚ। ਇਸ ਤਰ੍ਹਾਂ ਦੇ ਫਲਾਰ ਹਮੇਸ਼ਾ ਸਾਨੂੰ ਨੈਚੁਰਲ ਟੱਚ ਦੇ ਕੇ ਹੀ ਬਣਾਉਣੇ ਚਾਹੀਦੇ ਨੇ, ਜਿੰਨਾ ਤੁਸੀਂ ਇਹਨਾਂ ਨੂੰ ਨੈਚੁਰਲੀ ਨੀਟ ਵੇ ਨਾਲ ਬਣਾਉਂਗੇ, ਬਲੈਂਡਿੰਗ ਬਹੁਤ ਵਧੀਆ ਤਰੀਕੇ ਨਾਲ ਕਰੋਗੇ ਤਾਂ ਹੀ ਇਹ ਵਾਲੇ ਫਲਾਰਸ ਆਪਣੇ ਆਪ ਵਿੱਚ ਸਟੇਟਮੈਂਟ ਜੇ ਲੱਗਦੇ ਨੇ। ਲੀਵਸ ਜਿਹੜੇ ਆਪਾਂ ਬਣਾਏ ਨੇ ਉਹ ਸੈਪ ਗ੍ਰੀਨ ਕਲਰ ਦੇ ਨਾਲ ਬਣਾਏ, ਕਿਉਂਕਿ ਜੋ ਫੈਬਰਿਕ ਦਾ ਬੇਸ ਕਲਰ ਹੈ ਉਹ ਆਪਣੇ ਆਪ ਹੀ ਕਾਫੀ ਸਟੇਟਮੈਂਟ ਜਾਂ ਕਾਫੀ ਕੁਛ ਡਿਫਾਈਨ ਕਰ ਦਿੰਦਾ। ਤਾਂ ਮੈਂ ਇਸ 'ਤੇ ਕੁਛ ਇਹੋ ਜਿਹਾ ਹੀ ਮੋਟਿਫ ਬਣਾਉਣਾ ਚਾਹੁੰਦੀ ਸੀਗੀ।
ਜੋ ਡਿਜ਼ਾਈਨ ਦੀ ਸਟੇਟਮੈਂਟ ਜਾਹੀ ਹੋਵੇ ਬਹੁਤ ਜ਼ਿਆਦਾ ਨਾ ਹੋਏ। ਇਸ ਦੇ ਵਿੱਚ ਮੈਂ ਜੋ ਘੇਰੇ 'ਤੇ ਬਣਾਇਆ ਇਹ ਸਿਰਫ 3 ਬੰਚ ਦਾ ਹੀ ਇੱਕ 3 ਫਲਾਰਸ ਦਾ ਇੱਕ ਬੰਚ ਬਣਾਇਆ। ਲੀਵਸ ਬੜੇ ਸਿੰਪਲੀ ਜਿਵੇਂ ਐਜ਼ ਯੂਜ਼ੁਅਲ ਹੁੰਦੇ ਨੇ ਸਾਡੇ ਰੋਜ਼ਿਸ ਦੇ, ਉਵੇਂ ਹੀ ਬਣਾਏ ਨੇ। ਬਸ ਇਹਨਾਂ ਨੂੰ ਪਰਲ ਮੈਟੈਲਿਕ ਗੋਲਡਨ ਕਲਰ ਦੇ ਨਾਲ ਹਾਈਲਾਈਟ ਕਰਾਂਗੇ ਆਪਾਂ। ਸਪਾਇਰਲਸ ਦੇ ਨਾਲ ਇਸ ਨੂੰ ਇੰਬੈਲਿਸ਼ ਕਰਾਂਗੇ। ਕੋਈ ਵੀ ਮੋਟਿਫ ਜਦੋਂ ਆਪਾਂ ਇਸ ਤਰ੍ਹਾਂ ਬਣਾਉਂਦੇ ਹਾਂ, ਐਡ ਔਨ ਕਰਦੇ ਹਾਂ ਸਪਾਇਰਲਸ, ਲੀਵਸ, ਉਹ ਕਾਫੀ ਅਟਰੈਕਟਿਵ ਲੱਗਦਾ ਹੈ। ਪਰਲ ਮੈਟੈਲਿਕ ਦੇ ਨਾਲ ਮੈਂ ਇਸ ਨੂੰ ਹਾਈਲਾਈਟ ਕਰ ਰਹੀ ਹਾਂ ਲੀਵਸ ਦੇ ਪੈਟਰਨ ਨੂੰ। ਆਈ ਹੋਪ ਤੁਹਾਨੂੰ ਇਹ ਡਿਜ਼ਾਈਨ ਚੰਗਾ ਲੱਗਾ ਹੋਏਗਾ, ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਏਗਾ ਇਸ ਵੀਡੀਓ ਦੀ ਹੈਲਪ ਨਾਲ। ਗੱਲ ਸਿਰਫ ਇੱਥੇ ਹੀ ਨਹੀਂ ਮੁੱਕਦੀ, ਆਪਾਂ ਇਸ ਨੂੰ ਹਲਕਾ ਜਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫੈਸਟਿਵ ਟੱਚ ਦੇਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਮੈਂ ਇਸ ਨੂੰ ਕਟਦਾਨਾ ਵਰਕ ਦੇ ਨਾਲ ਇੰਬੈਲਿਸ਼ ਕੀਤਾ ਹੈ। ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਗੋਲਡਨ ਕਲਰ ਦਾ ਹੀ ਮੈਂ ਇਸ 'ਚ ਕਟਦਾਨਾ ਵਰਕ ਯੂਜ਼ ਕੀਤਾ। ਥ੍ਰੀ ਫਲਾਰਸ ਦਾ ਇੱਕ ਬੰਚ ਆਪਾਂ ਘੇਰੇ 'ਤੇ ਬਣਾਇਆ ਅਤੇ ਇੱਕ ਇੱਕ ਫਲਾਰਸ ਇਹ ਵਾਲੇ ਆਪਾਂ ਬਣਾਏ ਸਲੀਵਸ 'ਤੇ। ਇਸ ਤਰ੍ਹਾਂ ਇਹਨਾਂ ਨੂੰ ਕਟਦਾਨਾ ਵਰਕ ਨਾਲ ਕੰਪਲੀਟ ਕੀਤਾ। ਥੈਂਕ ਯੂ ਸੋ ਮਚ।